जी अस्सलाम वालेकुम जी एन प्यार भरी सत श्री अकाल आदाब। मैं हाँ थोड़ा अपना होस्ट शाहिद शबीर बाबा जी और तुसी देख रहे हो रेडियो साडेवाला, रेडियो साडेवाला एंड वैब टी वी साडेवाला क्राइस्ट चर्च एंड ऑकलैंड तो तुसी ये प्रोग्राम देख रहे हो। गुरप्यारी संगत जी, सब तो पहला तो विसाखी दियाँ लखा लख वधाइयां। खालसा साजना दिवस दियाँ 323वां खालसा साजना दिवस जिहड़ा है पाकिस्तान दे विच गुरद्वारा श्री पहली पातशाही पंजा साहिब अंदर हुम हुमा के मनाया जा रहा है। आपां जिदां कहने हुंदे आ कि हिंद सिंध दी संगत जिहड़ी है ਉਹ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਜੁੜ ਚੁੱਕੀ ਹੈ। ਅਸੀਂ ਤੁਹਾਨੂੰ ਗਾਹੇ ਬਗਾਹੇ ਆਪਣੀਆਂ ਭੈਣਾਂ ਔਰ ਵੀਰਾਂ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਆਪਣੇ ਆਉਣ ਦਾ ਮਕਸਦ ਕੀ ਹੈ? ਜਿਹੜਾ 75 ਸਾਲ ਦਾ ਪਿਆ ਹੋਇਆ ਵਿਛੋੜਾ ਹੈ, ਇੱਕ ਦੂਜੇ ਨਾਲ ਗੱਲਾਂ ਨਹੀਂ ਕਰ ਪਾ ਰਹੇ, ਇੱਕ ਦੂਜੇ ਨੂੰ ਆਪਣੇ ਦਿਲ ਦਾ ਹਾਲ ਨਹੀਂ ਦੱਸ ਪਾ ਰਹੇ, ਅਤੇ ਰੇਡੀਓ ਸਾਡੇ ਵਾਲਾ ਦਾ ਇਹੀ ਉਪਰਾਲਾ ਹੈ ਕਿ ਅਗਰ ਤੁਹਾਡੇ ਪੁਰਖ ਪਾਕਿਸਤਾਨੀ ਪੰਜਾਬ ਤੋਂ ਕਿਸੇ ਪਾਸੋਂ ਜਾਂ ਲਹਿੰਦੇ ਪੰਜਾਬ ਵਿੱਚੋਂ ਜਾਂ ਨੌਰਥ ਵੈਸਟ ਪੰਜਾਬ ਵਿੱਚੋਂ ਕਿਸੇ ਸਾਈਡ ਤੋਂ, ਤਾਂ ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਕਰੋ। ਠੀਕ ਹੈ ਜੀ, ਵਿਛੋੜੇ ਦੇ ਨਾਮ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੈ, ਵੀ ਐਲ ਵੀ ਟ੍ਰਾਈ ਟੂ ਮਾਈ ਆਵਰ ਬੈਸਟ ਕਿ ਅਸੀਂ ਤੁਹਾਨੂੰ ਪੂਰੀ ਕੋਸ਼ਿਸ਼ ਕਰਕੇ ਉਸ ਜਗ੍ਹਾ ਦੇ ਦਰਸ਼ਨ ਜਿਹੜੇ ਨੇ ਉਹ ਕਰਵਾ ਦਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪ੍ਰੋਫੈਸਰ ਸਾਹਿਬ, ਮੇਰਾ ਜੀ ਨਾਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਆ ਅਤੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਕਾਲਜ ਵਿੱਚ ਸਕੂਲ ਵਿੱਚ ਸਰਵਿਸ ਕਰ ਰਿਹਾ ਵਾਂ ਅਤੇ ਸਾਨੂੰ ਸਾਡੇ ਵਾਲਾ ਜਿਹੜੇ ਚੈਨਲ ਆ ਇਹਨਾਂ ਦੇ ਜੋ ਮਾਲਕ ਹੈ ਸ਼ਾਹਿਦ ਸਾਹਿਬ, ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਕਿ ਜਿਹੜੀਆਂ ਵਿੱਥਾਂ ਪੈ ਗਈਆਂ ਸੀ ਸੰਨ 47 'ਚ ਉਹਨਾਂ ਨੂੰ ਮਿਟਣ ਦੀ ਕੋਸ਼ਿਸ਼ ਕਰ ਰਹੇ ਆ। ਪਰਮਾਤਮਾ ਕਰੇ, ਅੱਲਾਹ ਕਰੇ ਕਿ ਇਹਨਾਂ ਦੀਆਂ ਕੋਸ਼ਿਸ਼ਾਂ ਅਤੇ ਸਾਡੀਆਂ ਦੁਆਵਾਂ ਜਿਹੜੀਆਂ ਵਾਂ ਉਹ ਇਹ ਕਬੂਲ ਹੋਣ ਅਤੇ ਇਹ ਜਿਹੜੀਆਂ ਵਿੱਥਾਵਾਂ ਮਿਟ ਜਾਣ। ਅੱਜ ਕੱਲ੍ਹ ਦੁਨੀਆ ਬੜੀ ਤਰੱਕੀ ਕਰ ਰਹੀ ਆ, ਜਿਸ ਤਰ੍ਹਾਂ ਬਰਲਿਨ ਦੀ ਦੀਵਾਰ ਜੇ ਟੁੱਟ ਸਕਦੀ ਆ ਅਤੇ ਵਾਘੇ ਦੀ ਲਕੀਰ ਜਿਹੜੀ ਆ ਇਹ ਵੀ ਪਤਲੀ ਹੋ ਸਕਦੀ ਆ। ਅੱਜ ਲੋਕ ਵੀਜ਼ੇ ਲੈ ਕੇ ਬੜੀ ਸਿਕਿਉਰਿਟੀ ਦੇ ਅਧੀਨ ਇੱਥੇ ਪਾਕਿਸਤਾਨ ਦੇ ਵਿੱਚ ਆ ਰਹੇ ਆ ਅਤੇ ਜੇ ਫਰਜ ਕੀਤਾ ਸਾਡੀਆਂ ਸਰਕਾਰਾਂ ਜਿਹੜੀਆਂ ਵਾਂ ਖਾਸ ਤੌਰ 'ਤੇ ਦੋਵਾਂ ਪੰਜਾਬਾਂ ਦੀਆਂ ਅਤੇ ਇਹ ਜਿਹੜੀਆਂ ਉਹ ਜਿਸ ਤਰ੍ਹਾਂ ਇਹ ਇਮਰਾਨ ਖਾਨ ਹੋਰਾਂ ਨੇ ਕੋਸ਼ਿਸ਼ ਕਰਕੇ ਕਰਤਾਰਪੁਰ ਦਾ ਲਾਂਘਾ ਖੋਲ੍ਹ ਦਿੱਤਾ ਸੀ ਅਤੇ ਇਸੇ ਤਰ੍ਹਾਂ ਜੇ ਸਰਕਾਰਾਂ ਚਾਹੁਣ ਤਾਂ ਕੋਈ ਗੱਲ ਨਹੀਂ ਗੀ ਕਿ ਲੋਕ ਇੱਥੇ ਖੁੱਲ੍ਹੇ ਆ ਸਕਣ ਇੱਧਰ ਦੇ ਅਤੇ ਇੱਧਰ ਦੇ ਲੋਕ ਵੀ ਸਾਡੇ ਉੱਧਰ ਜਾ ਸਕਣ। ਸਾਡਾ ਜਨਮ ਤਾਂ ਵੈਸੇ 47 ਤੋਂ ਬਾਅਦ ਦਾ ਵਾ, ਪਰ ਸਾਡੀ ਜਿਹੜੀ ਮਾਤਾ ਸੀ, ਸਾਡੀ ਬੀਬੀ ਜਿਹੜੀ ਸੀ ਸ਼੍ਰੀਮਤੀ ਬੇਅੰਤ ਕੌਰ, ਉਹਦਾ ਜਨਮ ਭੋਂ ਸੀ ਪਿੰਡ ਨਰਵੜ, ਜਿਹੜਾ ਕਿ ਲਾਹੌਰ ਜ਼ਿਲ੍ਹੇ ਦੇ ਵਿੱਚ ਆ, ਲਾਹੌਰ ਜ਼ਿਲ੍ਹੇ ਦੇ ਵਿੱਚ ਪਿੰਡ ਨਰਵੜ ਆ, ਵਾਘੇ ਦੇ ਬਿਲਕੁਲ ਲਾਗੇ। ਅਤੇ ਜਦੋਂ ਸਾਨੂੰ ਗੱਲਾਂ ਸੁਣਾਉਂਦੀ ਹੁੰਦੀ ਸੀ ਰੋ ਪੀਂਦੀ, ਉਹਦਾ ਸਾਡੇ 'ਤੇ ਵੀ ਅਸਰ ਆ, ਸਾਡਾ ਦਿਲ ਤੋਂ ਉਹਦਾ ਦਿਲ ਇੱਕ ਸੀ। ਹਾਂਜੀ, ਇਸ ਕਰਕੇ ਉਹਦੀਆਂ ਜਿਹੜੀਆਂ ਗੱਲਾਂ ਵਾਂ ਅੱਜ ਸਾਡਾ ਜੀ ਕਰਦਾ ਨਰਵੜ ਜਾਣ ਨੂੰ, ਬਿਲਕੁਲ ਵਾਹਗਾ ਬਾਰਡਰ ਦੇ ਨਾਲ ਹੈ ਨਰਵੜ, ਉੱਥੋਂ ਤੈਰਦਾ 3 ਤੋਂ 4 ਕਿਲੋਮੀਟਰ ਉੱਥੋਂ ਤੈਰਦਾ, ਪਰ ਅਸੀਂ ਜਾ ਨਹੀਂ ਸਕਦੇ ਜੇ ਇਹ ਸਰਕਾਰ ਹਾਂ ਸਾਡੀ ਇਹ ਵੇਦਨਾ ਸੁਣਨ, ਸਾਨੂੰ ਉੱਥੋਂ ਤੱਕ ਪਹੁੰਚਾਉਣ ਅਤੇ ਅਸੀਂ ਜਿਹੜਾ ਬਾਕੀ ਸਾਰੀ ਜ਼ਿੰਦਗੀ ਆ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ। ਵੱਡਿਆਂ ਦੇ ਨਾਮ ਦੱਸੋ ਨਰਵੜ ਤੋਂ, ਤੁਹਾਨੂੰ ਨਰਵੜ ਦੇ ਫਿਰ ਦਰਸ਼ਨ ਕਰਾ ਦਿਆਂਗੇ ਬਿਲਕੁਲ ਅੰਦਰ ਜਾ ਕੇ। ਜਿਹੜੇ ਮੇਰੀ ਮਾਤਾ ਦਾ ਨਾਮ ਬੇਅੰਤ ਕੌਰ ਸੀ ਅਤੇ ਉਹਦੇ ਫਾਦਰ ਦਾ ਨਾਂ ਸੀ ਸਰਦਾਰ ਹਰਨਾਮ ਸਿੰਘ, ਅਤੇ ਸਰਦਾਰ ਹਰਨਾਮ ਸਿੰਘ ਦੇ ਪਿਤਾ ਦਾ ਨਾਂ ਸੀ ਸਰਦਾਰ ਹੀਰਾ ਸਿੰਘ, ਅਤੇ ਹੀਰਾ ਸਿੰਘ ਦੇ ਦੋ ਬੱਚੇ ਸੀ ਹਰਨਾਮ ਸਿੰਘ ਅਤੇ ਮੋਹਨ ਸਿੰਘ, ਅਤੇ ਉਹਨਾਂ ਦੇ ਗਾਂ ਬੱਚੇ ਸੀ ਹਰਨਾਮ ਸਿੰਘ ਦੇ ਬੱਚੇ ਸੀ ਗੁਰਭਜਨ ਸਿੰਘ, ਦਰਸ਼ਨ ਸਿੰਘ, ਸੂਰਤ ਸਿੰਘ, ਅਤੇ ਜਿਹੜਾ ਸਰਦਾਰ ਮੋਹਨ ਸਿੰਘ ਸੀ ਉਹਦਾ ਮੁੰਡਾ ਸੀ ਸਰਜੀਤ ਸਿੰਘ ਹਰਚਰਨ ਸਿੰਘ, ਜਿਹੜਾ ਮੁੜ ਕੇ ਭਾਰਤੀ ਫੌਜ 'ਚ ਜਾ ਕੇ ਬਾਅਦ 'ਚ ਮੇਜਰ ਬਣਿਆ ਸੀ। ਅਤੇ ਇਹ ਉਹਨਾਂ ਦੀਆਂ ਸਾਰੀਆਂ ਜੜ੍ਹਾਂ ਇੱਥੇ ਹੀ ਆ। ਬੜੀ ਜ਼ਮੀਨ ਸੀ, ਦਾਦੀ ਬੀਬੀ ਘੋੜੀਆਂ ਹੁੰਦੀਆਂ ਸੀ ਉਹਨਾਂ ਕੋਲ, ਉਹਨਾਂ ਕੋਲ ਬੜੇ ਊਠ ਹੁੰਦੇ ਸੀ, ਪਿੰਡ ਦੇ ਬਾਹਰ ਬਾਹਰ ਛੱਪੜ ਦੇ ਕੰਢੇ ਘਰ ਹੁੰਦਾ ਸੀ, ਬੜਾ ਵੱਡਾ ਗੇਟ ਲੱਗਾ ਸੀ ਜਿਹਨੂੰ ਗਾਡੀ ਬੂਹਾ ਕਹਿੰਦੇ ਸੀ, ਉਹਦੀ ਗੱਡਾ ਸਿੱਧਾ ਘਰ ਲੰਘ ਜਾਂਦਾ ਹੁੰਦਾ ਸੀ। ਇਹ ਗੱਲਾਂ ਸੁਣ ਸੁਣ ਕੇ ਸਾਡੇ ਦਿਲ 'ਚ ਬੜਾ ਜੀ ਕਰਦਾ ਵਾ ਵੀ ਉਹ ਪਿੰਡ ਵੇਖੀਏ, ਆਪਣੀ ਮਾਂ ਦੀ ਜਨਮ ਭੂਮੀ ਦੀ ਮਿੱਟੀ ਲੈ ਕੇ ਜਾਈਏ। ਜੇ ਬਾਤੀ ਹੋ ਗਏ ਆ, ਮੈਂ ਮਾਫ਼ ਕਰਨਾ ਵਾ ਸਾਰੇ ਜਿਹੜੇ ਸਰੋਤੇ ਆ, ਪਰ ਇਹ ਕੀ ਕਰੀਏ, ਦਿਲ ਦੀਆਂ ਗੱਲਾਂ ਵਾ। ਇਸ ਕਰਕੇ ਜੇ ਸਰਕਾਰਾਂ ਸੁਣਨ ਅਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ, ਪੰਜਾਬ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬੀ ਭਾਈਚਾਰੇ ਨੂੰ ਪ੍ਰਫੁੱਲਿਤ ਕਰਨ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅੱਛਾ, ਨਰਵੜ ਦੇ ਨਾਲ ਇੱਕ ਸੰਤਾਂ ਦਾ ਡੇਰਾ ਸੀ ਸਾਧਾਂ ਵਾਲੀ,
मेरा मामा दर्शन सिंह सी ना वह बड़ा शकीन सी उत्थे जाके दवान सुन दा। अच्छा। दसदे ही भी सोहन सिंह सीतल ने नवा नवा शुरू किया ढाडी पुणा उदों ते आंदे आ भी उसने जदों ये वारिश होई आना नहीं फिर परत के जिंदा दे लाल जी उन्हें ऐसे ढंग ना वार गाई ऐसे ढंग ना वार गाई कि आंदे मैं जिंदगी जी पहली बार वेख्या नोटों का ढेर लगा भावें रुपये रुपये नोट सी रुपये तो पहली बार वेख्या नोटों का ढेर लगा। तो मैं तुहानूं एक होर दस दिना गल साडे नानकियां ने जदों फसादां दी गल हो गई बड़े अणखी बंदे सी उह उन्होंने सलाह कर ली सी भी जे साडे ते आण के ये धाड़वी पै साडे ते ते असीं अपनी जनानियां सारियां पहलां वढ कत्तणियां वा उन्होंने हाथ नहीं आउण देणियां। साडी नानी ने सुन लिया ये साडी नानी बंदियां नूं जारी दलेर सी बड़ी जवान सी उह प्यो दी कली कली धी सी वैसे उहदा पिंड सी चगावां इधर उहने जदों सुन लिया भी ये जिहड़े जिन्हां नूं मैं हत्थीं बुरकियां दे दे पालिया वा जिन्हां नूं अपने सिर ते प्यार दे दे पालिया ते अज्ज सानूं कृपाना नाल वढ नूं फिरदे आ ਉਹ ਬੜੀ ਸਿਆਣੀ ਸੀ ਬੜੀ ਅਕਲਮੰਦ ਸੀ ਉਹਨੇ ਸਾਰੀਆਂ ਜਨਾਨੀਆਂ ਇਕੱਠੀਆਂ ਕਰ ਲਈਆਂ ਆਪਣੀਆਂ ਨੋਹਾਂ ਆਪਣੀਆਂ ਧੀਆਂ ਅਤੇ ਉਹਨਾਂ ਨੂੰ ਕਹਿਤਾ ਵੀ ਆਪਾਂ ਕੱਲ੍ਹ ਵਾਂਢੇ ਜਾਣਾ ਵਾ ਉਹ ਵਾਂਢੇ ਕਰਕੇ ਉਹਨੇ ਉਹਨਾਂ ਨੂੰ ਜੋ ਕੱਪੜੇ ਸੀ ਚੰਗੇ ਪਵਾਤੇ ਅਤੇ ਉਹਨਾਂ ਤੋਂ ਚੋਰੀ ਇਹਨਾਂ ਬੰਦਿਆਂ ਤੋਂ ਚੋਰੀ ਸਾਰੀ ਉਹ ਲੈ ਗਏ ਆਪਣੀਆਂ ਜਨਾਨੀਆਂ ਸਾਰੀਆਂ ਧੀਆਂ ਅਤੇ ਨੋਹਾਂ ਨਨਾਣਾ ਸਾਰੀਆਂ ਲੈ ਗਈ ਸਾਂਧਾ ਵਾਲੇ ਗੁਰਦੁਆਰੇ ਪਹੁੰਚ ਗਈ। ਉਹ ਬੀਬੀ ਸਾਡੀ ਦੱਸਦੀ ਹੁੰਦੀ ਸੀ ਵੀ ਉਦੋਂ ਬੜਾ ਮੀਂਹ ਪੈਣ ਡਿਆ ਸੀ ਰਾਹ ਵਿੱਚ ਸਾਡੇ ਕੱਪੜੇ ਪਾੜ ਹੀ ਗਏ ਇੰਨਾ ਮੀਂਹ ਪਿਆ ਅਤੇ ਜਦੋਂ ਸਾਰਾ ਵਾਲੀ ਉੱਥੇ ਗਏ ਅਤੇ ਉਹਦਾ ਦਿਓਰ ਸਾਡੀ ਨਾਨੀ ਦਾ ਦਿਓਰ ਭਾਵ ਸਾਡੀ ਬੀਬੀ ਦਾ ਚਾਚਾ ਜਿਹੜਾ ਸੀ ਉਹ ਉੱਥੇ ਮਿਲ ਪਿਆ ਉਹ ਕੋਲ ਦੋ ਮੁੰਡੇ ਸੀ ਉਹਨੇ ਕੱਪੜਾ ਮੁੰਡਾ ਲੈ ਲਿਆ ਅਤੇ ਆਪਣੇ ਭਰਾ ਦਾ ਮੁੰਡਾ ਲੈ ਲਿਆ ਅਤੇ ਨਾਲ ਲੈ ਲਈਆਂ ਰਜਿਸਟਰੀਆਂ ਵਗੈਰਾ ਝੋਲਾ ਭਰਿਆ ਵੀ ਮੈਂ ਉੱਧਰ ਛੱਡ ਆਉਣਾ ਵਾਂ ਇੱਧਰ ਆਣ ਕੇ ਫਿਰ ਜਿਹੜਾ ਵਾ ਵੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ। ਉਹਨੇ ਜਦੋਂ ਸਤਿ ਸ਼੍ਰੀ ਅਕਾਲ ਬੁਲਾਈ ਭਾਬੀ ਸਤਿ ਸ਼੍ਰੀ ਅਕਾਲ ਉਹ ਭਰਜਾਈ ਨੂੰ ਭਾਬੀ ਸਤਿ ਸ਼੍ਰੀ ਅਕਾਲ ਉਹ ਆਉਂਦੀ ਚੱਲ ਦੁਸ਼ਟਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਤੂੰ ਅੱਖਾਂ ਤੋਂ ਦੂਰ ਹੋ ਜਾ ਤੂੰ ਬੜਾ ਪਾਪੀ ਬੰਦਾ ਵਾਂ ਮੈਂ ਤੇਰੇ ਮੂੰਹ 'ਚ ਬੁਰਕੀਆਂ ਦੇ ਰਿਹਾ ਪਾਲਿਆ ਤੁਸੀਂ ਸਕੀਮਾਂ ਬਣਾਉਂਦੇ ਫਿਰਦੇ ਸਾਨੂੰ ਮਾਰਨ ਦੀਆਂ ਮੈਂ ਤੇਰਾ ਗੱਲ ਨਹੀਂ ਕਰਨੀ ਤੂੰ ਦੁਸ਼ਟ ਬੰਦਾ ਵਾਂ ਤੂੰ ਸਾਡੀ ਰਾਖੀ ਨਹੀਂ ਕਰ ਸਕਦਾ ਸਾਡੀ ਰਾਖੀ ਕਰਦੇ ਕਰਦੇ ਮਰ ਜਾਂਦੇ ਉਹ ਗੱਲ ਵੱਖਰੀ ਸੀ ਪਰ ਸਾਨੂੰ ਤੁਸੀਂ ਮਾਰਨ ਦੀ ਸਲਾਹ ਬਣਾ ਲਈ ਹੈਂ। ਉਹ ਮੇਰਾ ਜਿਹੜਾ ਨਾਨੇ ਦਾ ਭਰਾ ਸੀ ਮੋਹਨ ਸਿੰਘ ਰੋਈ ਗਿਆ ਆਂਦਾ ਭਾਬੀ ਮਾਫ਼ ਕਰ ਦੇ ਮੇਰੇ ਦਿਲ 'ਚ ਜੇ ਪਾਪ ਆ ਗਿਆ ਮਾਫ਼ ਕਰ ਦੇ ਸੱਤਾਂ ਜਨਮਾਂ ਦਾ ਮੈਨੂੰ ਪਾਪ ਲੱਗਣਾ ਵਾ ਜੇ ਮੈਂ ਕੰਮ ਕਰਾਂ ਤਾਂ ਪਰ ਉਹ ਚਲੋ ਫਿਰ ਮੁੜ ਕੇ ਬਾਅਦ ਵਿੱਚ ਮਿਲ ਗਿਆ ਪੈਣਾ ਹੀ ਹੁੰਦਾ ਵਾ ਪਰ ਉਸ ਵੇਲੇ ਉਹ ਇੰਨੀ ਦੁਖੀ ਸੀ ਫਿਰ ਆਪਣਾ ਸਾਰਾ ਪਰਿਵਾਰ ਲੈ ਕੇ ਚਲ ਗਈ ਭਗਨੇ ਜਿਹੜਾ ਭਗਨਾ ਇੰਡੀਆ ਜੀ ਉੱਥੇ ਇਹਨਾਂ ਦੀ ਭੂਆ ਰਹਿੰਦੀ ਸੀ ਉੱਥੇ ਜਾ ਕੇ ਫਿਰ ਇਹਨਾਂ ਨੇ ਉੱਥੇ 7 ਦਿਨ ਰਹੇ ਉਹ ਵੀ ਇੰਨੇ ਦਲੇਰ ਸੀ ਉਹਦੇ ਜੋ ਕੁਝ ਘਰ 'ਚ ਹੈਗਾ ਸਭ ਤੁਹਾਡਾ ਹੀ ਆ ਜਦੋਂ 7 ਦਿਨਾਂ ਬਾਅਦ ਉਹਨਾਂ ਦੇ ਦਾਣੇ ਮੁੱਕ ਗਏ ਉਹਨਾਂ ਦੇ ਭੜੋਲੇ ਖਾਲੀ ਹੋ ਗਏ ਅਤੇ ਉਹਨਾਂ ਦੇ ਸਾਰੇ ਪੀਪੇ ਖਾਲੀ ਹੋ ਗਏ ਅਤੇ ਫਿਰ ਇੱਥੋਂ ਤੁਰੇ ਅਤੇ ਅੰਮ੍ਰਿਤਸਰ ਗਏ ਅੰਮ੍ਰਿਤਸਰ ਜਾ ਕੇ ਹਕੀਮਾਂ ਵਾਲੇ ਇਹਨਾਂ ਨੂੰ ਇੱਕ ਮਿਲ ਗਿਆ ਇਹ ਮਕਾਨ ਮਿਲ ਗਿਆ ਬੜਾ ਤਕੜਾ ਜਿੰਨਾ ਜੋ ਇਹਨਾਂ ਦੀ ਪ੍ਰੋਪਰਟੀ ਦੇ ਹਿਸਾਬ ਨਾਲ ਪਰ ਉੱਥੇ ਮਾੜੀ ਕਿਸਮਤ ਹੈ ਉੱਥੇ ਜਾਂਦੇ ਨੂੰ ਹੈਜਾ ਫੈਲ ਗਿਆ ਇੱਕ ਦਾ ਸੰਸਕਾਰ ਕਰਕੇ ਆਉਣ ਦੂਜਾ ਮਰ ਜੇ ਦੂਜੇ ਦਾ ਸੰਸਕਾਰ ਕਰਕੇ ਆਉਣ ਤੀਜਾ ਮਰ ਜੇ ਫਿਰ ਕਾਰਪੋਰੇਸ਼ਨ ਨੇ ਉੱਥੇ ਬਥੇਰੀ ਕਲੀ ਕੁਲੀ ਪਾਈ ਇਹ ਇਹਨਾਂ ਨੂੰ ਮਨ 'ਚ ਬਹਿ ਗਿਆ ਮਕਾਨ ਹੀ ਨਿਆ ਸ਼ਾਏ ਇੱਥੇ ਹੀ ਰਹਿਣਾ ਹੀ ਨਹੀਂਗਾ ਇੱਥੋਂ ਮੁੜ ਕੇ ਚਲ ਗਏ ਹੁਸ਼ਿਆਰਪੁਰ ਬਸੀ ਹੁਸ਼ਿਆਰਪੁਰੋਂ ਮੁੜ ਕੇ ਫਿਰ ਅਣ ਕੇ ਆ ਇਹ ਭਿੱਟੇ ਵਾਢੇ ਆ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਇੱਥੇ ਆਣ ਕੇ ਉਹ ਵਸੇ ਅਤੇ ਅੱਜ ਉਹ ਉੱਥੇ ਰਹਿ ਰਹੇ ਆ। ਸਾਡਾ ਪਿੰਡ ਤਰਸੀਕਾ ਵਾ ਮੇਰੇ ਦਾਦਾ ਜੀ ਸਰਦਾਰ ਨੱਥਾ ਸਿੰਘ ਸੀ ਮੇਰੇ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਅਤੇ ਗਾਂ ਉਹਨਾਂ ਦਾ ਮੈਂ ਬੱਚਾ ਵਾਂ ਉਹਨਾਂ ਬੜੀ ਮਿਹਨਤ ਨਾਲ ਬੜੇ ਔਖੇ ਔਖੇ ਸਮੇਂ ਉਦੋਂ ਔਖੇ ਸੀ ਭਾਵੇਂ ਜਿੰਨੀ ਮਰਜ਼ੀ ਜ਼ਮੀਨ ਹੁੰਦੀ ਸੀ ਜਿੰਨੀ ਮਰਜ਼ੀ ਘਰ ਹੁੰਦਾ ਸੀ ਪਰ ਸਮੇਂ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਸਾਨੂੰ ਪੜ੍ਹਾਇਆ ਸਾਨੂੰ ਪੜ੍ਹਾ ਕੇ ਅੱਜ ਉਹਨਾਂ ਦੇ ਸਵਰਗਾਂ 'ਚ ਵਾਸਾ ਹੋਵੇ ਮੈਂ ਪ੍ਰਿੰਸੀਪਲ ਹਾਂ ਅਤੇ ਸੋਹਣੀ ਜ਼ਿੰਦਗੀ ਬਤੀਤ ਕਰਨ ਡਿਆ ਮੇਰਾ ਬੇਟਾ ਜਿਹੜਾ ਡਾਕਟਰ ਕਮਰ ਸਾਊ ਸਿੰਘ ਆ ਉਹ ਡਾਕਟਰ ਆ ਪੰਜਾਬ ਗੌਰਮੈਂਟ ਦਾ ਗਜ਼ਟਡ ਅਫਸਰ ਆ ਬੇਟੀ ਮੇਰੀ ਜਿਹੜੀ ਆ ਉਹਦੀ ਘਰਵਾਲੀ ਬੇਟੇ ਦੀ ਮਤਲਬ ਨੂੰਹ ਮੇਰੀ ਜਿਹੜੀ ਆ ਉਹ ਬੈਂਕ ਆਫ ਮੈਨੇਜਰ ਆ ਅਤੇ ਮੇਰੀ ਜਿਹੜੀ ਬੇਟੀ ਆ ਉਹ ਡਾਕਟਰ ਆ ਅਤੇ ਮੇਰਾ ਜਿਹੜਾ ਜਵਾਈ ਆ ਉਹ ਵੀ ਬਹੁਤ ਵੱਡਾ ਅਫਸਰ ਹੈਗਾ ਵਾ ਇਸ ਕਰਕੇ ਅੱਜ ਉਹਨਾਂ ਦੀਆਂ ਦੁਆਵਾਂ ਜਿਹੜੀ ਗੱਲ ਨਰਵੜ ਤੋਂ ਸ਼ੁਰੂ ਹੋਈ ਸੀ ਤਰਸੀਕੇ ਤੋਂ ਸ਼ੁਰੂ ਹੋਈ ਸੀ ਅਸੀਂ ਨਰਵੜ ਅਤੇ ਤਰਸੀਕੇ ਦਾ ਮੇਲ ਆ ਸਾਡੇ 'ਚ ਦੋਵਾਂ ਖੂਨ ਹੈਗੇ ਆ ਅਸੀਂ ਚਾਹੁੰਦੇ ਹਾਂ ਵੀ ਅਸੀਂ ਫਰੀਕੁਐਂਟਲੀ ਦਾ ਰੋਡ ਆਈਏ ਫਰੀਕੁਐਂਟਲੀ ਤਰਸੀਕੇ ਜਾਈਏ ਤਾਂ ਕਿ ਅੱਜ ਮੈਂ ਹੁਣ ਇੱਥੋਂ ਜਾਣਾ ਸੀ ਬਾਹਰ ਨਨਕਾਣਾ ਸਾਹਿਬ ਮੈਂ ਆਪਣੇ ਬਾਬੇ ਨਾਨਕ ਦੇ ਨਨਕਾਣੇ ਸਾਹਿਬ ਦੀ ਮਿੱਟੀ ਲੈ ਕੇ ਜਾਣਾ ਵਾਂ ਤਾਂ ਕਿ ਅਸੀਂ ਉਹਨੂੰ ਨਮਸਕਾਰ ਕਰ ਸਕੀਏ।
ਕਿਉਂਕਿ ਇਹ ਵੀ ਸਾਡੇ ਬਾਬੇ ਨਾਨਕ ਦੀ ਮਿੱਟੀ ਆ ਤੇ ਇਸ ਕਰਕੇ ਮੈਂ ਸ਼ਾਹ ਸਾਹਿਬ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਆਪਣੇ ਮਨ ਦੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ ਵਾ ਬੜੇ ਚਿਰ ਬਾਅਦ ਬਹੁਤ ਬਹੁਤ ਪਰਮਾਤਮਾ ਅੱਲਾ ਇਹਨਾਂ 'ਤੇ ਰਹਿਮਤ ਕਰੇ ਮਿਹਰ ਕਰੇ ਅਤੇ ਇਹਨਾਂ ਦਾ ਚੈਨਲ ਦਿਨ ਦੁਣੀ ਦੁੱਗਣੀ ਚਾਰ ਚੁੱਗਣੀ ਤਰੱਕੀ ਕਰੇ ਅਤੇ ਇਹ ਵੀ ਪੰਜਾਬੀ ਵਾਸਤੇ ਇਸੇ ਤਰ੍ਹਾਂ ਯਤਨਸ਼ੀਲ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਵੀਰ ਜੀ, ਇੱਕ ਗੱਲ ਤੁਸੀਂ ਸਾਧਾਂ ਵਾਲੀ ਦੀ ਕੀਤੀ ਹੈ, ਡੇਰਾ ਜਿਹੜਾ ਸਾਧਾਂ ਵਾਲੀ ਸੀ, ਮੈਨੂੰ ਮੈਂ ਸਭ ਤੋਂ ਪਹਿਲੇ ਡਿਜੀਟਲਾਈਜ਼ ਕੀਤਾ ਉਹ ਡੇਰਾ ਜੀ, ਠੀਕ ਹੈ ਜੀ। ਉਸ ਤੋਂ ਪਹਿਲੇ ਉਹਦੀ ਹਿਸਟਰੀ, ਸਭ ਲੋਕ ਕਹਿੰਦੇ ਸੀ ਇਹ ਹਿੰਦੂ ਮੰਦਿਰ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਵੀ ਇਹ ਮੰਦਿਰ ਨਹੀਂ ਹੋ ਸਕਦਾ, ਕਿਉਂਕਿ ਸਾਰੀ ਗੜੀ ਜਿੰਨੀ ਹੈ, ਪੂਰਾ ਇਲਾਕਾ ਜਿੰਨਾ, ਸਾਰਾ ਸਿੱਖਾਂ ਦਾ ਸੀ ਗੁਰਦੁਆਰਾ ਸੀ। ਅਤੇ ਲਓ ਜੀ, ਅੱਜ ਕਨਫਰਮ ਹੋ ਗਿਆ, ਨਰਵੜ ਦੇ ਕੋਲ ਜਿਹੜਾ ਡੇਰਾ ਸਾਧਾਂ ਵਾਲੀ ਸੀ ਉਹ ਗੁਰੂ ਘਰ ਹੈ, ਠੀਕ ਹੈ ਜੀ। ਭਾਈ ਸਾਹਿਬ ਨੇ ਪੂਰੀ ਏ ਟੂ ਜ਼ੀ ਪੂਰੀ ਦੀ ਪੂਰੀ ਸਟੋਰੀ ਵੀ ਉੱਥੇ ਦੇ ਦੱਸ ਦਿੱਤੀ ਹੈ ਕਿ ਨਰਵੜ ਨਾਲ ਜੁੜੀਆਂ ਹੋਈਆਂ ਤਮਾਮ ਗੱਲਾਂ। ਥੋੜ੍ਹੀ ਦੇਰ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਰੇਡੀਓ ਸਾਡੇ ਵਾਲਾ।